ਸਿੱਧੂ ਦਾ ਕੀ ਕੋਈ ਕਸੂਰ ਸੀਗਾ ਜਾਂ ਨਹੀਂ ਸੀਗਾ, ਇਹਦੇ ਪਿੱਛੇ ਵੀ ਕੋਈ ਇੱਕ ਸੋਚ ਆ ਉਹ ਭਜਦੀ ਪਈ ਆ ਵੀ ਸਾਡਾ ਕਿਸੇ ਗੈਂਗਸਟਰ ਨਾਲ ਫੋਨ ਕਾਲ ਮੇਰੇ ਬੇਟੇ ਨੇ ਕਿਤੇ ਗੱਲ ਕੀਤੀ ਹੋਵੇ ਕਿ ਗੈਂਗਸਟਰ ਨੇ ਕਹਿ ਤਾ ਔਰ ਤੁਸੀਂ ਸੱਚ ਮੰਨ ਰਹੇ ਹੋ ਉਸ ਗੱਲ ਨੂੰ। ਕੇਵਲ ਸਿੱਧੂ ਦੀ ਛਵੀ ਵਿਗਾੜਨ ਦੀ ਖਾਤਰ ਕਦੇ ਉਹਦਾ ਨਾਂ ਗੈਂਗਾਂ ਨਾਲ ਜੋੜਿਆ ਜਾ ਰਿਹਾ ਕਰੋ ਸਾਹਿਬ ਤੇ ਕਿਸੇ ਗੱਲ ਤੋਂ ਮੈਂ ਕਹਿੰਦਾ ਵੀ ਮੈਂ ਜੋ ਬਣਦੀ ਸਜ਼ਾ ਵੀ ਲੈਣ ਨੂੰ ਤਿਆਰ ਹਾਂ, ਜੇ ਕਿਤੇ ਮੇਰੇ ਪੁੱਤ ਦੀ ਵਜ੍ਹਾ ਨਾਲ ਕਿਸੇ ਦਾ ਨੁਕਸਾਨ ਹੋਇਆ ਮੈਂ ਭਰਪਾਈ ਕਰਨ ਤਿਆਰ। ਕਰੋ ਸਾਹਿਬ ਤੇ ਕਿਸੇ ਗੱਲ 'ਚ ਪਹਿਲੀ ਇੰਟਰਵਿਊ ਦੇ ਵਿੱਚ ਉਹਨੇ ਆਪਣੇ ਆਪ ਨੂੰ ਨੈਸ਼ਨਲਿਸਟ ਦੱਸਿਆ, ਇੱਕ ਰਾਸ਼ਟਰਵਾਦੀ ਦੱਸਿਆ। ਮੈਂ ਇੱਕ ਸਾਬਕਾ ਫੌਜੀ ਹਾਂ, ਮੈਂ ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਜਿਹੜਾ ਦੇਸ਼ ਦੇ ਲੇਖੇ ਲਾਇਆ ਔਰ ਮੇਰੇ ਬੱਚੇ ਨੂੰ ਜਾਨਵਰਾਂ ਵਾਂਗੂ ਮਾਰ ਦਿੱਤਾ ਜਾਂਦਾ। ਤੁਹਾਨੂੰ ਲਾਰੈਂਸ ਦੀ ਇਸ ਗੱਲ 'ਤੇ ਯਕੀਨ ਹੈਗਾ ਕਿ ਉਹ ਕਹਿੰਦਾ ਕਿ ਸਾਡਾ ਸਿੱਧੂ ਦੇ ਮਾਂ ਪਿਓ ਦੇ ਨਾਲ ਕੋਈ ਦੁਵੇਸ਼ ਨਹੀਂ ਹੈਗਾ, ਕੋਈ ਰੰਜਿਸ਼ ਨਹੀਂ ਹੈਗਾ? ਲਾਰੈਂਸ ਵਰਗਾ ਝੂਠਾ ਤੇ ਬੇਈਮਾਨ ਬੰਦਾ ਇੱਕ ਵੀ ਨਹੀਂ ਹੈ। ਕਿ ਜਿਸ ਪੱਤਰਕਾਰ ਨੇ ਉਹ ਇੰਟਰਵਿਊ ਕੀਤੀ ਹੈ ਲਾਰੈਂਸ ਦੀ, ਇੱਕ ਹਿਸਾਬ ਦੇ ਨਾਲ ਉਹਨੇ ਐਕਸਪੋਜ਼ ਕੀਤਾ ਸਿਸਟਮ ਨੂੰ, ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਜੇ ਇਹ ਇੰਟਰਵਿਊ ਨਾ ਹੁੰਦੀ ਤਾਂ ਸਿਸਟਮ ਜਿਹੜਾ ਸੀਗਾ ਬੇਨਕਾਬ ਨਾ ਹੁੰਦਾ। ਦੀਪ ਸਿੱਧੂ ਦੀ ਬਰਸੀ ਹੁੰਦੀ ਹੈ, ਹਰੀਨਾ ਰਾਏ ਦੀ ਇੰਟਰਵਿਊ ਆ ਜਾਂਦੀ ਹੈ, ਸ਼ੁਭਦੀਪ ਸਿੱਧੂ ਦੀ ਬਰਸੀ ਹੁੰਦੀ ਹੈ, ਲਾਰੈਂਸ ਦੀ ਵੀਡੀਓ ਆ ਜਾਂਦੀ ਹੈ। ਇਹ ਤਾਂ ਸਾਰਾ ਕੁਛ ਪਲਾਨਡ ਹੈ। ਇੱਕ ਗੱਲ ਕਿੰਨੀ ਕੁ ਤੁਸੀਂ ਜਾਇਜ਼ ਮੰਨਦੇ ਹੋ ਕਿ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੋਇਆ ਉਹਨੇ ਕਦੀ ਸਿੱਧੂ ਦੇ ਨਾਲ ਕਦੀ ਮੁਲਾਕਾਤ ਨਹੀਂ ਕੀਤੀ, ਕਦੀ ਪਰਸਨਲੀ ਨਹੀਂ ਮਿਲਿਆ, ਲੇਕਿਨ ਉਹਨੂੰ ਹੰਕਾਰੀ ਕਹਿੰਦਾ ਪਿਆ? ਇਹ ਕਹਿੰਦੇ ਸੀਗੇ ਵੀ ਜਿਹੜਾ ਸਿੱਧੂ ਆ ਸਾਨੂੰ ਗੋਡਫਾਦਰ ਮੰਨਦਾ, ਇਹ ਚੀਜ਼ ਵਧੀਆ ਨਹੀਂ। ਮੈਂ ਉਹਨੂੰ ਪੁੱਛਿਆ ਬੇਟਾ ਵੀ ਐਂ ਕਹਿੰਦਾ ਤੂੰ ਕੋਈ ਮਾੜਾ ਮੋਟਾ ਇੱਕ ਅੱਧੇ ਬੰਦੇ ਦੇ ਅੰਡਰ ਹੋ ਕੇ ਚੱਲ ਪਾ ਜਿੱਦਾਂ ਹੈ ਨਾ, ਉਹ ਕਹਿੰਦਾ ਡੈਡੀ ਮੈਂ ਨਹੀਂ ਕਰਦਾ, ਮੈਂ ਆਪਦਾ ਯਾਦ ਕਰਦਾ। ਮੈਂ ਉਹਨੂੰ ਕਹਿਤਾ ਵੀ ਉਹ ਤਾਂ ਆਪਣਾ ਯਾਦ ਕੰਮ ਕਰਦਾ, ਉਹ ਗੱਲ ਇਹਨਾਂ ਨੂੰ ਚੰਗੀਆਂ ਨਹੀਂ ਲੱਗਦਾ। ਲਾਰੈਂਸ ਨੇ ਕਿਹਾ ਕਰ ਉਹ ਥਾਪੀਆਂ ਮਾਰਦਾ ਸੀ, ਥਾਪੀਆਂ ਨਹੀਂ ਮਾਰਨੀਆਂ ਚਾਹੀਦੀਆਂ ਸੀ ਉਹਨੂੰ, ਬਿਲਕੁਲ ਨੀਵੀਂ ਪਾ ਲੈਣੀ ਚਾਹੀਦੀ ਸੀ ਔਰ ਇਹਨਾਂ ਦੇ ਪੈਰੀ ਹੱਥ ਲਾ ਦੇਣੇ ਚਾਹੀਦੇ ਸੀ। ਕੋਈ ਗੱਲ ਨਹੀਂ ਯਾਰ, ਮਾਰਤਾ ਤਾਂ ਕੋਈ ਗੱਲ ਨਹੀਂ, ਦੁਨੀਆ ਜਾਂਦੀ ਹੈ, ਜਿੰਨੀ ਉਮਰ ਭੋਗ ਗਿਆ ਅਣਖਣਾ ਜਿਉਂ ਕੇ ਗਿਆ। ਕਿਉਂਕਿ ਜਦੋਂ ਮੈਂ ਇੰਟਰਵਿਊ ਕੀਤੀ ਸੀਗੀ ਸਿੱਧੂ ਬਾਈ ਹੋਰਾਂ ਦੇ ਨਾਲ, ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੇਰੇ ਮਾਤਾ ਜੀ ਬਹੁਤ ਦਲੇਰ ਨੇ, ਉਹ ਬਹੁਤ ਸਾਂਭ ਲੈਂਦੇ ਆ, ਮੈਨੂੰ ਵੀ ਸਾਂਭ ਲੈਂਦੇ ਆ, ਸਾਡੇ ਸਿਕਿਉਰਿਟੀ ਦੇ ਵਿੱਚ ਜਿਹੜੇ ਹੈਗੇ ਉਹ ਵੀ ਮੁੰਡੇ ਕਈ ਵਾਰੀ ਜੇ ਹੌਸਲਾ ਹਾਰਦੇ ਉਹਨਾਂ ਨੂੰ ਵੀ ਜਾ ਕੇ ਕਹਿੰਦੇ ਓਏ ਘਬਰਾਓ ਨਾ। ਪਰ ਇਹਦਾ ਇਹ ਰੱਬ ਦੇ ਵਿੱਚ ਵਿਸ਼ਵਾਸ ਬਹੁਤ ਜ਼ਿਆਦਾ ਕਰਦੀ ਹੈ। ਮੈਂ ਮੈਨੂੰ ਕਹਿ ਦਿੰਦੀ ਕਈ ਵਾਰੀ ਜਦੋਂ ਮੈਂ ਚਿੰਤਾ ਕਰਦਾ ਨਾ ਕਈ ਵਾਰੀ ਵੀ ਐਂ ਨਾ ਹੋ ਜਾਏ ਨਾ, ਮੈਨੂੰ ਡਰ ਲੱਗਦਾ ਸੀ ਕਈ ਵਾਰੀ ਜਦੋਂ ਹਾਲਾਤ ਇਹੋ ਜਿਹੇ ਬਣਦੇ ਸੀ, ਬਾਹਰ ਅੰਦਰ ਜਾਂਦੇ ਸੀ ਕਿਤੇ ਇਕੱਲਾ ਜਵਾਕ ਹੈ ਜੇ ਕੋਈ ਹੀਮ ਕਿਵੇਂ ਹੋ ਗਈ ਕੀ ਕਰਾਂਗੇ ਹੈ ਨਾ, ਤਾਂ ਇਹ ਕਹਿ ਦੀ ਪਰਮਾਤਮਾ ਹੈਗਾ ਤੁਸੀਂ ਬਹਿਮ ਨਾ ਕਰਿਆ ਕਰੋ। ਪਰੰਤੂ ਮੈਨੂੰ ਕਿੱਥੇ ਲੱਗਿਆ ਪਰਮਾਤਮਾ ਨੇ ਇਹ ਪਾਠ ਬਹੁਤ ਕਰਦੀ ਹੈ, ਸਾਰਾ ਦਿਨ ਪਾਠ ਕਰਦੀ ਹੈ, ਮਤਲਬ ਜਦੋਂ ਵੀ ਸਮਾਂ ਲੱਗਦਾ ਇਹ ਪਾਠ ਕਰਦੀ ਹੈ। ਮੈਂ ਕਹਿੰਦਾ ਇਹਦਾ ਜਿੰਨਾ ਪਰਮਾਤਮਾ 'ਤੇ ਵਿਸ਼ਵਾਸ ਸੀਗਾ ਸ਼ਾਇਦ ਵਾਹਿਗੁਰੂ ਨੇ ਇਹਦੀ ਅਰਦਾਸ ਨੂੰ ਸੁਣੀ। ਗੀਤ ਕਦੋਂ ਆਏਗਾ, ਕੋਈ ਗੀਤ ਆ ਰਿਹਾ ਕੋਈ ਜਲਦੀ, ਕੋਈ ਤੁਸੀਂ ਰਿਲੀਜ਼ ਕਰ ਰਹੇ ਹੋ? ਅਸੀਂ ਗੀਤ ਆਹ ਅਪ੍ਰੈਲ ਦੇ ਸ਼ਾਇਦ ਫਸਟ ਵੀਕ ਹੀ ਛੱਡ ਦੀ, ਉਹਦਾ ਇੱਕ ਗਾਣਾ ਤਿਆਰ ਹੈ, ਉਹਦੀ ਵੀਡੀਓ ਵੀ ਤਿਆਰ ਕਰ ਲਈ ਹੈ। ਥੱਕ ਤਾਂ ਨਹੀਂ ਗਏ ਬਲਕੌਰ ਸਿੰਘ ਜੀ? ਨਹੀਂ, ਹਤਾਸ਼ ਤਾਂ ਹੋ ਜਾਂਦਾ ਕਈ ਵਾਰੀ, ਥੱਕੂੰਗਾ ਲੜੂੰਗਾ ਤਾਂ ਕੀ। ਸੁਰਜੀਤ ਪਾਤਰ ਸਾਹਿਬ ਲਿਖਦੇ ਨੇ, ਬਲਦਾ ਬਿਰਖ ਹਾਂ ਖਤਮ ਹਾਂ ਸ਼ਾਮ ਤਈਕ ਹਾਂ, ਪਰ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਮੀਦ ਹਾਂ, ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ 'ਤੇ ਲੀਕ ਹਾਂ। ਇਹ ਉਹੀ ਜਗ੍ਹਾ ਹੈ ਜਿੱਥੇ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮੈਂ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਦਿਨ ਬਿਤਾਇਆ ਸੀਗਾ, ਔਰ ਜਦੋਂ ਪਿਛਲਾ ਗੇਟ ਕ੍ਰੋਸ ਕਰਕੇ ਅੰਦਰ ਆਇਆ ਤਾਂ ਉਹ ਯਾਦਾਂ ਜਿਹੜੀਆਂ ਸੀਗੀਆਂ ਪੁੰਗਰ ਆਈਆਂ। ਬਾਪੂ ਬਲਕੌਰ ਸਿੰਘ ਜੀ ਮੇਰੇ ਨਾਲ ਨੇ, ਗੱਲਬਾਤ ਕਰਾਂਗਾ, ਇਹ ਨਹੀਂ ਪਤਾ ਕੀ ਸਵਾਲ ਕਰਨੇ ਹੈ, ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜੋ ਇੱਕ ਸੰਘਰਸ਼ ਦੀ ਲੜਾਈ ਲੜਦੇ ਪਏ ਆ ਉਹਨਾਂ ਤੋਂ ਕੀ ਸਵਾਲ ਕੀਤੇ ਜਾਣ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਜਦੋਂ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ, ਤੁਹਾਡੇ ਲਈ ਇਨਸਾਫ ਦੀ ਡੈਫੀਨੇਸ਼ਨ ਪਰਿਭਾਸ਼ਾ ਕੀ ਹੈ? ਇਨਸਾਫ ਦੀ ਜਿੱਥੋਂ ਤੱਕ ਪਰਿਭਾਸ਼ਾ ਦੀ ਗੱਲ ਹੈ, ਮੇਰਾ ਔਰ ਸਰਕਾਰ ਦਾ ਇੱਕੋ ਹੀ ਚੀਜ਼ ਦਾ ਡਿਫਰੈਂਸ ਹੈ। ਗੌਰਮੈਂਟ ਸਮਝਦੀ ਹੈ ਵੀ ਜੋ ਬੰਦਿਆਂ ਨੇ ਫਿਜੀਕਲ ਅਸਾਲਟ ਕੀਤਾ, ਜਿਨ੍ਹਾਂ ਨੇ ਗੋਲੀ ਮਾਰਤੀ, ਉਹ ਹੀ ਬੰਦੇ ਦੋਸ਼ੀ ਹੈ। ਮੈਂ ਸੋਚਦਾ ਵੀ ਉਹ ਇੱਕ ਕਰਿੰਦੇ ਨੇ, ਕਿਉਂਕਿ ਕਤਲ ਤੋਂ ਪਹਿਲਾਂ ਉਹਦਾ ਕੋਈ ਮੰਤਵ ਹੁੰਦਾ ਹੈ। ਮੰਤਵ ਕੀ ਸੀ, ਕਿਸ ਕਾਰਨ ਇਹਨੂੰ ਨੇਪਰੇ ਚਾੜਿਆ, ਉਹ ਵਿਅਕਤੀ ਕੌਣ ਨੇ,
जिहड़े बंदे मास्टरमाइंड ने कहण तों भाव साजिश घाड़े ने उन्हां तक पहुँचण ते मैं इंसाफ नूं पूरा मानदा। उदों बाद सज़ा होनी वो बाद दी गल है, अदालतां दे विच उन्हां दा किन्ना कसूर आउंदा, पर मैं हजे तक तां कोई मास्टरमाइंड है जिहड़ा समझ तक एक बंदा भी साजिश करता उहदे विच नहीं आया, पर इसे करके साडा जिहड़ा पेच है वह फसिया होया। मतलब बापू जी जिहड़ा एक नरेटिव सिरजिया गया सीगा, एक परसैप्शन बिल्ड कीती गई सीगी कि मास्टर माइंड गोल्डी बराड़ है, मास्टर माइंड लॉरेंस बिश्नोई है, हुण उत्तों तुसीं एक डिफरेंस ऑफ ओपीनियन रखते हो कि नहीं इहदे पिछे साजिश करन वाले होर लोग सीगे, और जदों तुसीं ये गल करदे हो तां तुहाडी जिहड़ी सोच है वह कि कि डायरैक्शन वल जाती है। तुसीं देखो गोल्डी बराड़ है जिहड़ा वह बाहर बैठा है, वो इस ग्राउंड ते नहीं है। लॉरेंस है वो जेल दे विच बंद है, फिर भी वैपन आउंदे आ, फंडिंग हुंदी है, जिन्ना असला वरत्या गया मेरा कह लो सारा ही इंपोर्टेड असला है, कोई भी उहदे च आपां ये नहीं कह रहे कोई यूपी का कट्टा जां कोई होर इदां। 33 बंदे दी इनवॉल्वमेंट है, 33 ने भाड़े दे काम कीता ना, इन्ना पैसा जिवें तुसीं कहिंदे वी उह सारा इंपोर्टेड असला है। लॉरेंस अपने इंटरव्यू दे विच कहिंदा हैगा कि मैं यूपी का कोई तस्कर सीगा इमरान खुरजा जिहदा बाद च एनकाउंटर हो गया सीगा, उहदे कोलों उह सारे वैपन जिहड़े सीगे उहने उह मुहैया कराए सी फ्री देते। उहने भी जो बंदा वैपन बेचदा आखिर नूं खेड तां सारी पैसे दी है ना, पैसा किहने पहुंचाया उहदे कोल। नंबर 2 ਇੱਥੇ ਲੋਕ ਸੀਗੇ, ਮਤਲਬ ਸਾਡਾ ਕਿਉਂ ਫਰਕ ਪਿਆ, ਮਤਲਬ ਮੇਰਾ ਉਹਨਾਂ ਦੇ ਸ਼ੱਕ ਕਿਉਂ ਗਿਆ, ਕਿਉਂਕਿ ਸਿੱਧੂ ਨੂੰ ਟਾਰਗੇਟ ਕਿਹਨੇ ਬਣਾਇਆ। ਮੈਂ ਉਹਨਾਂ ਵੱਲ ਧਿਆਨ ਮੰਗਦਾ ਵੀ ਕਿਹੜੇ ਲੋਕਾਂ ਨੇ ਸਾਨੂੰ ਸਿੰਗਰ ਤੋਂ ਗੈਂਗਸਟਰ ਵੱਲ ਧੱਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਲੋਕਾਂ 'ਤੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਕਿ ਸਾਡੇ ਖਿਲਾਫ਼ ਕੋਈ ਅੱਜ ਤੱਕ ਇਹੋ ਜਿਹੀ ਐਵੀਡੈਂਸ ਮਿਲੀ ਹੈ ਵੀ ਸਾਡਾ ਕਿਸੇ ਗੈਂਗਸਟਰ ਨਾਲ ਫੋਨ ਕਾਲ ਮੇਰੇ ਬੇਟੇ ਨੇ ਕਿਤੇ ਗੱਲ ਕੀਤੀ ਹੋਵੇ ਕਿਸੇ ਤੋਂ ਕੰਮ। ਇੱਕ ਗੈਂਗਸਟਰ ਨੇ ਕਹਿਤਾ ਔਰ ਤੁਸੀਂ ਸੱਚ ਮੰਨ ਰਹੇ ਹੋ ਉਸ ਗੱਲ ਨੂੰ, ਔਰ ਨਾ ਤਾਂ ਸਰਕਾਰ ਸਪਸ਼ਟੀਕਰਨ ਦੇ ਰਹੀ ਉਸ ਗੱਲ ਦੇ ਉੱਤੇ ਵੀ ਇਹ ਗੱਲ ਨਹੀਂ, ਇਹ ਝੂਠੀ ਹੈ, ਨਹੀਂ ਇਸ ਤਰ੍ਹਾਂ ਦੀ ਹੈਗੀ ਹੈ। ਚਾਹੇ ਗਰਲਾਲ ਦਾ ਨਾਮ ਲੈ ਰਿਹਾ ਉਹ, ਗਰਲਾਲ ਨਾਲ ਸਾਡਾ ਵਿਚਾਰੇ ਨਾਲ ਕੀ ਵਾਹ ਵਾਪਸਦਾ ਸੀ, ਕਤਲ ਉਹਦਾ ਹੋਇਆ, ਮਾੜੀ ਗੱਲ ਹੈ। ਮੈਂ ਵੀ ਉਸ ਗੱਲ ਨੂੰ ਕਿਸੇ ਦਾ ਧੀ ਪੁੱਤ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ, ਪਰ ਕਾਰਨ ਕੀ ਸੀ ਸਾਨੂੰ ਨਹੀਂ ਪਤਾ ਉਸ। ਅਸੀਂ ਇੱਕ ਅਣਜਾਣ ਵਿਅਕਤੀ ਹਾਂ, ਅਸੀਂ ਆਪਣਾ ਇੱਕ ਕਾਰੋਬਾਰ ਬੜੀ ਮੁਸ਼ਕਲ ਨਾਲ ਸੈਟਅਪ ਕੀਤਾ ਸੀਗਾ, ਜਿਹਨੂੰ ਇਹਨਾਂ ਲੋਕਾਂ ਨੇ ਗਲਤ ਉਂਗਲਾਂ ਲਾ ਲਾ ਕੇ ਮੇਰੇ ਬੇਟੇ ਦੀ ਛਵੀ ਵਿਗਾੜਨ ਦੀ ਖਾਤਰ ਸਾਡਾ ਘਰ ਪੱਟਤਾ। ਲਾਰੈਂਸ ਦੀਆਂ 2 ਇੰਟਰਵਿਊਜ਼ ਹੋਈਆਂ ਜੀ, ਉਹਨਾਂ ਦੋਵਾਂ ਇੰਟਰਵਿਊਜ਼ ਨੂੰ ਜਦੋਂ ਤੁਸੀਂ ਐਨਾਲਿਸਿਸ ਕਰਦੇ ਹੋ ਉਹਦਾ, ਤੁਹਾਨੂੰ ਪਹਿਲੀ ਇੰਟਰਵਿਊ ਦੇ ਵਿੱਚ ਅਤੇ ਦੂਜੀ ਇੰਟਰਵਿਊ ਦੇ ਵਿੱਚ ਕੀ ਫਰਕ ਲੱਗਾ? ਕਿਉਂਕਿ ਦੂਜੀ ਇੰਟਰਵਿਊ ਦੇ ਵਿੱਚ ਬੜੀ ਇੱਕ ਜੌਲੀ ਜਿਹੀ ਨੇਚਰ ਦੇ ਨਾਲ ਉਹ ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਗੱਲ ਕਰਦਾ ਪਿਆ, ਤੁਸੀਂ ਉਹਨਾਂ ਚੀਜ਼ਾਂ 'ਚੋਂ ਕੀ ਸਮਝਿਆ, ਕੀ ਕੱਢਿਆ? ਦੇਖੋ ਜੀ, ਜਦੋਂ ਦੀ ਇੰਟਰਵਿਊ ਵੇਖੀ ਹੈ ਤਾਂ ਮੈਂ ਤਾਂ ਬਹੁਤ ਜ਼ਿਆਦਾ, ਪਹਿਲੀ ਗੱਲ ਤਾਂ ਹਤਾਸ਼ ਹੀ ਹੋਇਆ ਉਸ ਗੱਲ ਨੂੰ ਵੇਖ ਕੇ। ਮੇਰਾ ਸਿਸਟਮ ਤੋਂ ਕਿਤੇ ਨਾ ਕਿਤੇ ਜਾ ਕੇ ਜੁਡੀਸ਼ਰੀ ਤੋਂ ਵੀ ਇਸ ਤਰ੍ਹਾਂ ਲੱਗਦਾ ਵੀ ਯਾਰ ਜਸਟਿਸ ਕਿੱਥੋਂ ਮਿਲੂਗਾ ਯਾਰ। ਇਹ ਤਾਂ ਸਾਰਾ ਇੱਕ, ਦੇਖੋ ਤੁਸੀਂ ਲਾਰੈਂਸ ਉਸ ਇੰਟਰਵਿਊ ਦੇ ਵਿੱਚ ਕਹਿੰਦਾ ਵੀ ਮੈਂ ਜੋ ਜਿਹਨੂੰ ਮੈਂ ਮਾਰਨਾ ਹੈ ਨਾ, ਵੀ ਉਹ ਕਹਿੰਦੇ ਸੀ ਜਦੋਂ ਉਹਨੂੰ ਐਂਕਰ ਨੇ ਕਿਹਾ ਵੀ ਤੁਸੀਂ ਜੇ ਤੁਹਾਡਾ ਕੋਈ ਸਲਮਾਨ ਖਾਨ ਨਾ ਜਾਂ ਉਹਦੇ ਨਾਲ ਹੈਗਾ ਤੁਸੀਂ ਉਹਨਾਂ ਦੀ ਸ਼ਿਕਾਇਤ ਕਰੋ, ਜੇ ਉਹਨਾਂ ਦੇ ਖਿਲਾਫ਼ ਕਰੋ। ਕਹਿੰਦਾ ਕਾਨੂੰਨ 'ਤੇ ਮੇਰਾ ਵਿਸ਼ਵਾਸ ਨਹੀਂ ਹੈ, ਉਹਦਾ ਸਾਡੀਆਂ ਕੋਰਟਾਂ ਦੇ ਉੱਤੇ ਕੋਈ ਯਕੀਨ ਨਹੀਂ ਹੈ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ, ਜਦੋਂ ਉਹਨੇ ਸ਼ੈਲਟਰ ਲੈਣਾ ਸੁਰੱਖਿਆ ਦਾ, ਜਦੋਂ ਉਹਨੇ ਸੁਰੱਖਿਆ 200 ਕਰਮਚਾਰੀ ਲੈਣਾ, ਬੁਲਟ ਪਰੂਫ ਗੱਡੀ ਲੈਣੀ ਹੈ, ਤਾਂ ਉਹ ਸਾਡੀਆਂ ਕੋਰਟਾਂ ਦੀ ਸ਼ਰਨ ਵਿੱਚ ਜਾ ਵੜਦਾ। ਅਦਰਵਾਈਜ਼ ਉਹ ਸਾਡੀ ਅਦਾਲਤ ਨੂੰ, ਸਾਡੇ ਨਿਆਂ ਪ੍ਰਣਾਲੀ ਨੂੰ ਟਿੱਚ ਸਮਝਦਾ। ਜਿਹੜਾ ਜਿਹਦੇ ਮਨੁੱਖੀ ਅਧਿਕਾਰ ਉਹਨੇ ਕੁਚਲਣੇ ਹੈ, ਉਹਨੂੰ ਪੂਰੀ ਖੁੱਲ੍ਹ ਹੈ, ਉਹ ਜਿਹਨੂੰ ਮਰਜ਼ੀ ਮਾਰ ਸਕਦਾ, ਜਿਹਦੇ ਮਰਜ਼ੀ ਡੈਥ ਵਾਰੰਟ ਜਾਰੀ ਕਰ ਸਕਦਾ। ਪਰੰਤੂ ਜਦੋਂ ਉਹ ਆਪ ਨੂੰ ਖਤਰਾ ਹੁੰਦਾ, ਫਿਰ ਉਹ ਅਦਾਲਤਾਂ ਦਾ ਸਹਾਰਾ ਲੈ ਲੈਂਦਾ। ਇਹ ਤਾਂ ਸਾਡੇ ਜੱਜ ਸਾਹਿਬ ਮਾਨ ਨੇ, ਜਿਹੜੇ ਮਾਨਯੋਗ ਸਾਡੇ, ਉਹਨਾਂ ਨੂੰ ਇਹਨਾਂ ਗੱਲਾਂ 'ਤੇ ਵਿਚਾਰ ਕਰਨੀ ਚਾਹੀਦੀ ਹੈ ਵੀ ਜਿਹੜਾ ਬੰਦਾ ਮੇਰੇ ਕੋਲ ਪ੍ਰਾਰਥੀ ਐਪਲੀਕੇਸ਼ਨ ਲੈ ਕੇ ਆਇਆ ਹੈ, ਕੀ ਉਹਨੇ ਤਾਂ ਨਹੀਂ ਕਿਸੇ ਦੇ ਅਧਿਕਾਰ ਕੁਚਲੇ ਪਹਿਲਾਂ? ਇਹ ਚੀਜ਼ਾਂ, ਇਹ ਜਿਹੜੇ ਅਸੀਂ ਆਮ ਨਾਗਰਿਕ ਹੈ, ਸਾਡੇ ਮਨ ਦੇ ਵਿੱਚ ਇੱਕ ਹਤਾਸ਼ਾ ਇਸ ਗੱਲ ਦੀ ਵੀ ਸਾਡੀ ਗੱਲ ਨਹੀਂ ਸੁਣਦੀ, ਸਾਡੀਆਂ ਅਦਾਲਤ ਵੀ ਸਾਡੀ ਗੱਲ ਵੱਲ ਕਿਉਂ ਨਹੀਂ ਧਿਆਨ ਦਿੰਦੀ? ਮੈਂ ਇੱਕ ਸਾਬਕਾ ਫੌਜੀ ਹਾਂ, ਮੈਂ ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਜਿਹੜਾ ਦੇਸ਼ ਦੇ ਲੇਖੇ ਲਾਇਆ, ਔਰ ਮੇਰੇ ਬੱਚੇ ਨੂੰ ਜਾਨਵਰਾਂ ਵਾਂਗੂ ਮਾਰ ਦਿੱਤਾ ਜਾਂਦਾ। ਔਰ ਬੜੇ ਦੁੱਖ ਦੀ ਗੱਲ ਹੈ, ਉਹ ਇੰਟਰਵਿਊ ਦੇ ਵਿੱਚ ਲਾਰੈਂਸ ਹੈ ਜਿਹੜਾ ਉਹ ਨੈਸ਼ਨਲਿਸਟ ਦਿਖਾਇਆ ਜਾ ਰਿਹਾ, ਉਹਨੂੰ ਭਟਕਿਆ ਹੋਇਆ ਰਾਸ਼ਟਰਵਾਦੀ ਦੱਸਿਆ ਜਾ ਰਿਹਾ। ਸਵਾਲ ਕਰਨਾ ਚਾਹੁੰਦਾ, ਪਹਿਲੀ ਇੰਟਰਵਿਊ ਦੇ ਵਿੱਚ ਉਹਨੇ ਆਪਣੇ ਆਪ ਨੂੰ ਨੈਸ਼ਨਲਿਸਟ ਦੱਸਿਆ, ਇੱਕ ਰਾਸ਼ਟਰਵਾਦੀ ਦੱਸਿਆ, ਦੂਜੀ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਪਿਆ ਕਿ ਜੇ
नशा खत्म करना होगा असं भी करा सा भी सही होगा। और जग्गू नू अक्सर समझाया भी करता सीगा कि जिहड़ा तू चिट्टे दा व्यापार करदा ना करिया कर। ये दो तरीके दे नाल जो छवि बनाई जा रही है या बनती पई है या बनाने की कोशिश की जा रही है इनू तुसीं किस तरीके नाल देखो? जिहड़ी छवि है उन्हूं बनाया जा रहा है, उन्हूं एक राष्ट्रवादी तौर पर पेश किया जा रहा है, उन्हूं इन्नियां सहूलतां दित्तियां जा रही ने। मैं उन्हूं गैंगस्टर तो मानता ही नहीं, वह सरकारी ड्यूटी निभा रहा इस टाइम जिदा नहीं उन्होंने सहूलत ने जिस तरह जेल में जेल तो मन ही नहीं रहा, होस्टल ली था फोन वो को है। देखो जो इन्नी वीडी इंटरव्यू करती अंदरों फिर होर की प्रूफ रहेगा सरकार को? सरकार पहला गोल्ड ही उत्ते बैकफुट पर है, वो सूचना सीएम साहब तो भी जी अगले ने मूँह चढ़ाता झूठी है भी हाले तक जस्टिफाई नहीं कर सके भी वह फड़िया या नहीं फड़िया या कुछ भी नहीं है ना। उस तो बाद यू सरकार ने जस्टिफाई करने की कोशिश की, डी जी साहब ने बयान दते और अगले दिन नैक्सट वीडियो जरा धजिया उड़ा दी उस गल जो की। मैं तो लगता भी सरकार ही साड़ी मारी मारी फिर रही है, जो इन कुछ इन्होंने गल समझ च नहीं आ रही, सारी गल इन्हों उपर घूम रही है, सारी हथखड़े जे होंगे लगते हैं मैं सारी गवर्नमेंट के। बलकौर सिंह जी, तुम शुरुआती दौर एक सवाल पूछा करते कि मेरे पुत्र का कसूर की है। एक तो जंग ये लड़ते पे हो कि इंसाफ मिल जाए कि वह हाले भी सवाल के नाल दो दो हथ करते हो, ये जानने की तुम लोगों को कोशिश करते हो कि सिद्धू का की कोई कसूर सीगा या नहीं सीगा? इस ये पिछे भी कोई मतलब कि तुहाडा जिहड़ा एक सोच है वह भजदी पई है? देखो साडा कसूर की सी, साडा कसूर इन्ना सी भी एक तो मेरी बैक है नहीं सी, मैं एक 5-7 किले वाला एक आम बंदा घर, ठीक है मेरा प्यो दादा कोई लीडर नहीं सी, पॉलिटिशियन दी सी कोई साडा व्यापार बल्कि कहने तो भाव सधारण जिमीदार से, और साडा बच्चा तरक्की नहीं ज़्यादा कर गया वो जो साडे परिवार की जी डेफिनेशन ही बदल गई है ना। असी बड़ी तरक्की की, बड़ा नाम कमाया और कला अपने इलाके जी विश्व भर के मशहूर होए, परंतु वो जी कीमत सू चुकानी पी मौत। जर्नलिस्टिक ग्राउंड के उत्ते लॉरेंस के इंटरव्यू किस तरीके वेखते हो? क्योंकि जिस पत्रकार ने इंटरव्यू की है लॉरेंस की, एक हिसाब के नाल उन्हें एक्सपोज किया सिस्टम, तुसी इस चीज़ को किस तरीके दे नाल देखते हो? जे ये इंटरव्यू ना होंगी तो सिस्टम जिहड़ा सीगा बेनकाब ना होंदा, लेकिन बहुत सारे लोग उस पत्रकार नू परसनली फोन भी करते पे आ, उन्हूं तरह तरह दीआं गल्लां भी करते पे, जस्ट जर्नलिस्टिक ग्राउंड ते इस इंटरव्यू नू किस तरीके नाल देखते हो? देखो जी मेरे हिसाब नाल उन्हें ये इंटरव्यू करके जिस तरह सिस्टम नू ललकारिया जां सिस्टम नू इक फेल किया, उन्हें अपने आप नू सर्वोत्तम साबित किया भी असीं ये भी कर सकते हैं। जिहड़ा होर तुहाडे मन दे विच खदशा हो भी ये नहीं हो सकता, वो उन्होंने दस्सिया भी असीं जिहड़ा तुसीं सोचदे नहीं हो सकदा असीं वो भी कर सकते। सरकार ते सिस्टम ते साडी व्यवस्था दे उत्ते मूँह ते करारी चपेड़ है। मैं जो सिद्धू शुभदीप सिंह सिद्धू जो उन्होंने गलबात करता ऑफ द रिकॉर्ड, मैं अक्सर वो एक जगह पर खड़े नहीं सके, तुरते रहेंगे सके, कभी इस साइड चले गए कभी इस साइड चले गए, उन्होंने अखा जगिया एक थान से टिकदिया नहीं सगिया, आन जाने वाले उत्ते नज़र रही सी और दिमाग के चलता। मैं पूछा उन्होंने को बई ये चलता रहा 24 घंटे दिमाग के, वो स्थिति जी सी मैं थोड़ी हमने नोटिस की ओबजर्व कर रहा है जो मैं थोड़ा उस स्थिति को थोड़ा तुम बयान करोगे कि 24 घंटे बस यही सब कुछ चलता रहा? देखो जी सेम जिहड़ा औरा मेरे बेटे के उपर सी ना, जो उन्हें 5 साल जिंदगी जुड़ी सेम उस कंडीशन मैं पै गया, बस मेरे च इन्ना ही फर्क है कि मैं वह बाप हाँ, मैं लिखता तो गाँव नहीं, बाकी वो रिस्क जिम्मेवार जो व्यवस्था वो अपनी वो सारी मेरे गल पै गई, ये कोई दो राय नहीं। जिस तरह वो खतरे महसूस करता सी वही चीज़ें मेरे दुआले ने, बल सारा आभा मंडल जो मेरे बेटे दे आसे पासे मंडरा सी सेम मेरे दुआले मंडरा। तुहानू लॉरेंस की इस गल ते यकीन हैगा कि वह कहिंदा कि साडा सिद्धू दे मां प्यो दे नाल कोई द्वेष नहीं हैगा, कोई रंजिश नहीं हैगा? लॉरेंस वर्गा झूठा ते बेईमान बंदा एक भी नहीं है। लॉरेंस का रिकॉर्ड है ये, मैं जिन्ना को मैं इनू पहला नहीं जानता सी, जदों आ 10 महीने तो इनू मैं सर्च किया, इन्होंने जिहदा भी नुकसान किया है भरोसे च लैके किया है, जिन्हों भी मारिया सीधा नहीं मरिया तो कदे कोई बंदा, इन्होंने उन्होंने बंदे को भरोसे के लिया हमेशा। वो मेरा बेटा भी शायद इस भुलेखे का शिकार होया हो, हाले इन्वेस्टिगेशन का विषय है, क्योंकि वो कदे कभी भी कला नहीं होया,
किसी थर्ड परसन ने कहता हो भी तेरे ना उन्हों का कोई रौला आ रही तो इन्हें जो कला हो गया उदो मारे इन्हें हिम्मत नहीं पी वोटों के पिछले असं कले लग्या नेड़े थे शाहरुख आके मुड़ गया इतों बथेरे जोड़े मुंडे की हूँ मौत हुई है वह भी एक मैं सुने इलैक्शन के कई इन्होंने अटैम्प्ट किए सा कदे नेड़े लगे हूँ भी ब्रश्ट मार के कनेडा के नए आए इन पता हूँ भी जे कि एक बार वो फैर थले आ गए साड़ी हिसाब च नहीं आनी गल है पता सी मैं इस गल का इस करके यकीन किया पहला कला किया फिर मारता एक गल कि जायज़ मनते हो कि एक बंदा जो जेल के बैठा होया उन्हें कभी सिद्धू के नाल कभी मुलाकात नहीं की कभी परसनली नहीं मिलया लेकिन उन्होंने हंकारी कहता पाया लॉरेंस सिद्धू जो हंकारी कहता हंकारी तो जी देखो जे तो सिद्धू दब जाता इन्हों जोड़ा इन्हों का आका से जो भरा वो तो माफ़ी मंग के वो मूहे जाके गोडे टेक दिता भी भरावा जिमें मर्जी कर ला ठीक है हिस्सा पत्ती सारा कुछ उन्होंने कर देने लग जाते फिर सानू किने मारना सी फिर हो सकता दूजा ग्रुप मारता कोई तो ये कड़ा थोड़े ने करके असी दवे नहीं असी बेबाकी दे नाल जिहड़ा अपना काम करते रहे जदों नू पता लग्या भी साडे जिहड़े चुंगल चों नहीं आने वाले तो सानू मारनी है बेवता कर लगे जो समा लग्या मार ਕੁਲਵਾਰ ਸਿੰਘ ਜੀ ਜਿਹੜਾ ਵਾਰ ਵਾਰ ਲੋਰੈਂਸ ਇਹ ਕਹਿੰਦਾ ਹੈਗਾ ਕਿ ਜਿਹੜਾ ਰਾਈਵਲ ਗਰੁੱਪ ਸੀਗਾ ਜਾਂ ਉਹਨਾਂ ਦਾ ਵਿਰੋਧੀ ਗੈਂਗ ਜਿਹੜਾ ਸੀਗਾ ਉਹਨਾਂ ਨੂੰ ਸਿੱਧੂ ਦੀ ਸ਼ੈ ਸੀਗੀ ਇਹ ਕੀ ਮੁੱਦੇ ਤੋਂ ਧਿਆਨ ਭਟਕਾਉਣ ਦੀਆਂ ਗੱਲਾਂ ਜਾਂ ਇਹਦੇ 'ਚ ਕੋਈ ਹਕੀਕਤ ਹੈ ਦੇਖੋ ਜੀ ਇਹ ਤਾਂ ਕੱਲ੍ਹ ਕੁੱਕੀ ਗੱਲ ਦੀ ਇੰਟਰਵਿਊ ਵੀ ਮੈਂ ਵੇਖੀ ਹੈ ਉਹ ਵੀ ਹਾਲੇ ਅਸੀਂ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈ ਉਹਨਾਂ ਨੂੰ ਵਹਿਮ ਹੋਇਆ ਪਿਆ ਸੀ ਇਹਦੇ ਕਿਸੇ ਦਾ ਨਾਮ ਨਹੀਂ ਲਿਆ ਕਲੀਅਰ ਪਹਿਲੀ ਉਹ ਲੋਕ ਸਾਡਾ ਨਾਮ ਵੀ ਹੈ ਗੈਂਗ ਨਾਲ ਜੋੜੀ ਜਾਂਦੇ ਜਿੱਦੇ ਤੋਂ ਹੈ ਉਦੋਂ ਤੋਂ ਜੋੜੀ ਜਾਂਦੇ ਪਹਿਲਾਂ ਮੇਰੇ ਪੁੱਤਾਂ ਤਾਂ ਜੋੜੀ ਜਾਂਦੇ ਸੀ ਇਹ ਤਾਂ ਹੁਣ ਵੀ ਮੈਂ ਇਹ ਗੱਲ ਕਹਿਣਾ ਵੀ ਮੇਰੇ ਕਿਹਦੇ ਨਾਲ ਜੋੜ ਰਹੇ ਸੀਗੇ ਨਾ ਬੰਬੀਹਾ ਨਾ ਬੰਬੀਹਾ ਨਾ ਵੀ ਇਹ ਮੰਨ ਲੈ ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਇਹ ਕਹਿੰਦੇ ਸੀਗੇ ਵੀ ਜਿਹੜਾ ਸਿੱਧੂ ਆ ਸਾਨੂੰ ਗੋਡਫਾਦਰ ਮੰਨ ਲਵੇ ਠੀਕ ਹੈ ਅਸੀਂ ਮੰਨਿਆ ਨਹੀਂ ਮੈਨੂੰ ਚੰਡੀਗੜ੍ਹ ਸਪੈਸ਼ਲ ਬੁਲਾਇਆ ਉੱਥੇ ਆਸਟ੍ਰੇਲੀਆ ਵਾਲਾ ਪ੍ਰਮੋਟਰ ਹੈ ਮੁੰਡਾ ਸੱਤੀ ਉਹ ਹਾਜ਼ਰ ਸੀ ਨਵਜੋਤ ਭੰਧੇਰ ਹਾਜ਼ਰ ਸੀ ਮੈਨੂੰ ਕਹਿੰਦੇ ਵੀ ਇਹਦਾ ਕੋਈ ਮਾਈ ਬਾਪ ਨਹੀਂ ਹੈ ਇੱਥੇ ਇੱਕ ਦਾ ਗੋਡਫਾਦਰ ਰੱਖਣਾ ਪੈਂਦਾ ਵੀ ਉਹਦੇ ਮੁਤਾਬਕ ਬੰਦਾ ਕੰਮ ਕਰੇ ਵੀ ਸਿੱਧੂ ਦੀ ਕੋਈ ਇਹ ਚੀਜ਼ ਵਧੀਆ ਨਹੀਂ ਮੈਂ ਉਹਨੂੰ ਪੁੱਛਿਆ ਬੇਟਾ ਵੀ ਐਂ ਕਹਿੰਦਾ ਤੂੰ ਕੋਈ ਮਾੜਾ ਮੋਟਾ ਇੱਕ ਅੱਧੇ ਬੰਦੇ ਦੇ ਅੰਡਰ ਹੋ ਕੇ ਚੱਲ ਪਾ ਜਿੱਦਾਂ ਹੈ ਨਾ ਉਹ ਕਹਿੰਦਾ ਡੈਡੀ ਮੈਂ ਨਹੀਂ ਕਰਦਾ ਮੈਂ ਆਪਦਾ ਆਜ਼ਾਦ ਕੰਮ ਕਰਨਾ ਮੈਂ ਉਹਨੂੰ ਕਹਿਤਾ ਬਈ ਉਹ ਤਾਂ ਆਪਣਾ ਆਜ਼ਾਦ ਕੰਮ ਕਰੂਗਾ ਉਹ ਗੱਲ ਇਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਇਹ ਚਾਹੁੰਦੇ ਸੀ ਕਿਉਂਕਿ ਜਿਹੜੇ ਸ਼ੁਰੂ ਦੇ ਵਿੱਚ ਉਹਨੇ ਕੰਮ ਕੀਤਾ ਜੋਤੀ ਨਾਲ ਆਪਣੇ ਨਾਲ ਕੰਵਰ ਨਾਲ ਕੰਵਰ ਨਾਲ ਸੋਰੀ ਪਹਿਲਾਂ ਕੀਤਾ ਸੀ ਜੋਤੀ ਤੋਂ ਬਾਅਦ ਦੇ ਵਿੱਚ ਜਦੋਂ ਇੰਡੀਆ ਦਾ ਟੂਰ ਕੀਤਾ ਉਦੋਂ ਬਾਅਦ ਕੰਵਰ ਨੇ ਜੋਤੀ ਨਾਲ ਲਾਇਆ ਸੀ ਜਿਹੜੇ ਇੰਡੀਆ ਦਾ ਟੂਰ ਸੀ ਜੋਤੀ ਨੇ ਕੋਈ ਹਿਸਾਬ ਨਹੀਂ ਦਿੱਤਾ ਜਿਹੜਾ ਬਾਹਰਲਾ ਪੈਸਾ ਸੀ ਉਹ ਸਾਰਾ ਕਮਰ ਹੜੱਪ ਗਿਆ ਫਿਰ ਜਦੋਂ ਜਮ੍ਹਾਂ ਹੋਏ ਕਿਸੇ ਪਾਸੇ ਨੂੰ ਕੁਛ 2 ਸਾਲ ਕੰਮ ਕਰਨ ਦੇ ਬਾਵਜੂਦ ਇਹਦੇ ਪੱਲੇ ਹੀ ਕੱਖ ਨਹੀਂ ਸੀ ਇਹਨੇ ਆਪਦਾ ਚੈਨਲ ਬਣਾ ਲਿਆ ਆਪਦਾ ਕੰਮ ਕਰਨ ਲੱਗ ਗਿਆ ਜਦੋਂ ਚੈਨਲ ਵੀ ਕਾਮਯਾਬ ਹੋ ਗਿਆ ਫਿਰ ਇਹਨਾਂ ਨੇ ਸਾਡੇ ਚੈਨਲਾਂ 'ਤੇ ਸਟੈਕਾਂ ਪਾਉਣੀਆਂ ਸ਼ੁਰੂ ਕਰਤੀਆਂ ਸਾਡੇ ਗਾਣਿਆਂ 'ਤੇ ਸਟੈਕਾਂ ਪਾਉਣੀਆਂ ਸ਼ੁਰੂ ਕੀਤੀਆਂ ਸਾਡੇ ਗਾਣੇ ਲੀਕ ਕਰਨੇ ਸ਼ੁਰੂ ਕਰਤੇ ਜਦੋਂ ਅਸੀਂ ਸਾਰੀਆਂ ਚੀਜ਼ਾਂ 'ਤੇ ਉੱਭਰ ਗਏ ਫਿਰ ਇਹਨਾਂ ਨੇ ਸਾਡੀਆਂ ਚੁਗਲੀਆਂ ਅੱਗੇ ਗੈਂਗਸਟਰਾਂ ਕੋਲ ਪੇਸ਼ ਕਰਤਾ ਵੀ ਉਹ ਤਾਂ ਡਰਦਾ ਨਹੀਂ ਉਹ ਤਾਂ ਥਾਪੀਆਂ ਮਾਰਦੇ ਜਾਂ ਥਾਪੀ ਮਾਰਨਾ ਇੱਕ ਇਵੈਂਟ ਹੈ ਥਾਪੀ ਮਾਰਨਾ ਕੋਈ ਗੁਨਾਹ ਥੋੜ੍ਹੀ ਹੈ ਕੋਈ ਬੰਦਾ ਕਿਸੇ ਚੀਜ਼ ਸਕਸੈਸ ਹੁੰਦਾ ਥਾਪੀ ਮਾਰਦਾ ਮੈਂ ਕੋਈ ਤੁਹਾਨੂੰ ਤੁਹਾਡੀ ਜਿਹੜੀ ਸ਼ਾਨ ਸ਼ੌਕਤ ਨੂੰ ਡਾਊਨ ਕਰਨ ਦੇ ਵਾਸਤੇ ਪ੍ਰਭਾਵਿਤ ਕਰਨ ਦੇ ਵਾਸਤੇ ਥੋੜ੍ਹਾ ਥਾਪੀ ਮਾਰੂੰਗਾ ਅਤੇ ਉਹਨਾਂ ਚੀਜ਼ਾਂ ਨੂੰ ਹੁਣ ਲੋਰੈਂਸ ਨੇ ਵੀ ਕਹੀ ਗੱਲ ਕਿਉਂ ਥਾਪੀਆਂ ਮਾਰਦੇ ਸੀ ਥਾਪੀਆਂ ਨਹੀਂ ਮਾਰਨੀਆਂ ਚਾਹੀਦੀਆਂ ਸੀ ਉਹਨੂੰ ਬਿਲਕੁਲ ਨੀਵੀ ਪਾ ਲੈਣੀ ਚਾਹੀਦੀ ਸੀ ਔਰ ਇਹਨਾਂ ਦੇ ਪੈਰੀ ਹੱਥ ਲਾ ਦੇਣੇ ਚਾਹੀਦੇ ਸੀ ਕੋਈ ਗੱਲ ਨਹੀਂ ਯਾਰ ਮਾਰਤਾ ਤਾਂ ਕੋਈ ਗੱਲ ਨਹੀਂ ਦੁਨੀਆ ਜਾਂਦੀ ਜਿੰਨੀ ਉਮਰ ਭੋਗ ਗਿਆ ਅਣਖਣਾ ਜਿਉਂ ਕੇ ਗਿਆ ਕੋਈ ਗੱਲ ਸਬਰ ਕਰ ਲੈ ਕੁਲਕੌਰ ਸਿੰਘ ਜੀ ਇਹ ਪੂਰੀ ਲੜਾਈ ਦੇ ਵਿੱਚ ਇਸ ਜੰਗ ਦੇ ਵਿੱਚ ਕਈ ਵਾਰੀ ਐਂ ਲੱਗਦਾ ਕਿ ਕੋਈ ਤੁਹਾਡਾ ਫਾਇਦਾ ਚੁੱਕਦਾ ਪਿਆ ਕੋਈ ਪਾਰਟੀ ਤੁਹਾਡਾ ਫਾਇਦਾ ਚੁੱਕਦੀ ਪਈ ਹੈ ਕਦੀ ਇੱਦਾਂ ਲੱਗਦਾ ਤੁਹਾਨੂੰ ਦੇਖੋ ਜੀ ਤਾਂ ਕੁਦਰਤੀ ਗੱਲ ਹੈ ਅਤੇ ਇਹ ਹੁਣ ਮੈਂ ਇਹਨੂੰ ਕਹਾਂ ਵੀ ਕੋਈ ਵਿਸ਼ੇਸ਼ ਪਾਰਟੀ ਮੇਰਾ ਫਾਇਦਾ ਚੁੱਕਦੀ ਦੇਖੋ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਪਰ ਹੁਣ ਕੁਦਰਤੀ ਗੱਲ ਹੈ ਜਿਹੜੇ ਬੰਦੇ ਨੇ 4 ਬੰਦੇ ਹੋਣਗੇ ਉਹ ਜਿੱਥੇ ਜਾ ਕੇ ਖੜੂਗਾ ਆਟੋਮੈਟਿਕਲੀ ਉੱਧਰ ਨੂੰ ਉਹਦਾ ਪ੍ਰਭਾਵ ਤਾਂ ਜਾਂਦਾ ਹੀ ਹੈ ਉਸ ਗੱਲ ਨੂੰ ਮੈਂ ਚਾਹ ਕੇ ਵੀ ਕਹਾਂ ਵੀ ਮੈਂ ਨਹੀਂ ਕਿਸੇ ਦਾ ਫਾਇਦਾ ਕਰਨਾ ਫਿਰ ਵੀ ਹੋ ਜਾਂਦਾ ਤੁਸੀਂ ਕਾਂਗਰਸ ਦੇ ਨਾਲ ਐਸੋਸੀਏਟਿਡ ਸੀਗੇ ਸਿੱਧੂ ਕਾਂਗਰਸ ਦੇ ਨਾਲ ਐਸੋਸੀਏਟਿਡ ਸੀ ਤੁਹਾਨੂੰ ਲੱਗਦਾ ਕਿ ਕਾਂਗਰਸ ਨੇ ਉਹ ਭੂਮਿਕਾ ਅਦਾ ਕੀਤੀ ਹੈ ਤੁਹਾਡੇ ਨਾਲ ਉਸ ਤਰੀਕੇ ਦੇ ਨਾਲ ਖੜੇ ਹੋਏ ਆ ਦੇਖੋ ਮੈਂ ਹੁਣ ਜਾ ਕੇ ਪਹਿਲਾਂ ਤਾਂ ਸੀਗਾ ਥੋੜ੍ਹਾ ਜਿਹਾ ਇੰਨਾ ਨਹੀਂ ਸੀਗਾ ਪਰ ਹੁਣ ਇਹਨਾਂ ਨੇ ਜਦੋਂ ਮੈਂ ਜਾ ਕੇ ਵਿਧਾਨ ਸਭਾ ਦੇ ਅੱਗੇ ਬੈਠਾ ਸਾਰਿਆਂ ਨੇ ਹਮਾਇਤ ਕੀਤੀ ਹੈ ਮੇਰੇ ਨਾਲ ਸਭ ਨੇ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਸਾਰੇ MLAs ਨੇ ਜਿੰਨੇ ਕਾਂਗਰਸ ਦੇ ਸਾਰਿਆਂ ਨੇ ਸਪੋਰਟ ਕਰੀ ਹੈ ਮੇਰੀ ਔਰ ਅੱਗੇ ਵਾਸਤੇ ਵੀ ਭਰੋਸਾ ਦਿੱਤਾ ਹੈ ਥੱਕ ਤਾਂ ਨਹੀਂ ਗਏ ਬਲਕੌਰ ਸਿੰਘ ਜੀ ਨਹੀਂ ਹਤਾਸ਼ ਤਾਂ ਹੋ ਜਾਂਦਾ ਕਈ ਵਾਰੀ ਥੱਕੂੰਗਾ ਨਹੀਂ ਲੜੂੰਗਾ ਤਾਂ ਅਖੀਰ ਤੱਕ ਹਾਂ ਕਈ ਵਾਰੀ ਨਿਰਾਸ਼ਾ ਜ਼ਰੂਰ ਹੁੰਦੀ ਹੈ ਜਦੋਂ ਮੈਂ ਆਸੇ ਪਾਸੇ ਦਾ ਮੰਡਲ ਦੇਖਦਾ
आपकी भूमिका अपने दुआले पैदा होने वाला वातावरण वेखदा थोड़ा जी कई बार हताश निराश तो हो जाता है पर खेरू खेरू नहीं होता बिल्कुल। ਤੁਹਾਨੂੰ ਲੱਗਦਾ ਜਿਹੜੀ ਲਾਰੈਂਸ ਦੀ ਇੰਟਰਵਿਊ ਹੋਈ ਆ ਉਹਦਾ ਕੋਈ ਨੈਗੇਟਿਵ ਐਸਪੈਕਟ ਵੀ ਹੋਏਗਾ, ਕੋਈ ਨੈਗੇਟਿਵ ਪ੍ਰਭਾਵ ਵੀ ਪਏਗਾ, ਲੋਕਾਂ ਦੀ ਸਿੰਪਤੀ ਜਿਹੜੀ ਹੈਗੀ ਉਹ ਹੋਰ ਸਿੱਧੂ ਦੇ ਨਾਲ ਜੁੜੇਗੀ? ਇਹ ਜੀ ਸੋਚੀ ਸਮਝੀ ਸਾਰੀ ਸਕੀਮ ਹੈ ਇਹ ਬਰਸੀ ਤੋਂ ਲੈ ਕੇ। ਤੁਸੀਂ ਦੇਖੋ ਦੀਪ ਸਿੱਧੂ ਦੀ ਬਰਸੀ ਆਉਂਦੀ ਹੈ, ਹਰੀਨਾ ਰਾਏ ਦੀ ਇੰਟਰਵਿਊ ਆ ਜਾਂਦੀ ਹੈ, ਸ਼ੁਭਦੀਪ ਸਿੱਧੂ ਦੀ ਬਰਸੀ ਆਉਂਦੀ ਹੈ, ਲਾਰੈਂਸ ਦੀ ਵੀਡੀਓ ਆ ਜਾਂਦੀ ਹੈ। ਇਹ ਤਾਂ ਇੱਕ ਸਾਰਾ ਕੁਛ ਪਲਾਨਡ ਹੈ, ਇਹਨੂੰ ਕਿ ਤੁਸੀਂ ਕਦੇ ਵੀ ਕੁਦਰਤੀ ਹੋ ਗਿਆ ਇੱਦਾਂ ਕੁਛ ਨਹੀਂ ਹੈ। ਕੇਵਲ ਸਿੱਧੂ ਦੀ ਛਵੀ ਵਿਗਾੜਨ ਦੀ ਖਾਤਰ ਕਦੇ ਉਹਦਾ ਨਾਂ ਗੈਂਗਾਂ ਨਾਲ ਜੋੜਿਆ ਜਾ ਰਿਹਾ ਕਦੇ। ਮੈਂ ਕਹਿੰਦਾ ਕਿਸੇ ਇੱਕ ਵੀ ਕਾਤਲ ਦੀ ਪੁਲਿਸ, ਉਹ ਚਲੋ ਕਾਂਗਰਸ ਵੇਲੇ ਤਾਂ ਸਿੱਧੂ ਦਾ ਦਬਦਬਾ ਸੀ ਵੀ ਨਹੀਂ ਜਾਂਚ ਹੋਣੀ ਹੈ ਨਾ, ਹੁਣ ਤਾਂ ਹੋ ਸਕਦੀ ਹੈ, ਕਰੋ ਸਾਬਤ ਕਿਸੇ ਗੱਲ ਤੋਂ। ਮੈਂ ਕਹਿੰਦਾ ਵੀ ਮੈਂ ਜੋ ਬਣਦੀ ਸਜ਼ਾ ਵੀ ਲੈਣ ਨੂੰ ਤਿਆਰ ਹਾਂ, ਜੇ ਕਿਤੇ ਮੇਰੇ ਪੁੱਤ ਦੀ ਵਜ੍ਹਾ ਨਾਲ ਕਿਸੇ ਦਾ ਨੁਕਸਾਨ ਹੋਇਆ ਮੈਂ ਭਰਪਾਈ ਕਰਨ ਨੂੰ ਤਿਆਰ, ਕਰੋ ਸਾਬਤ ਕਿਸੇ ਗੱਲ 'ਚ। ਤੁਸੀਂ ਇੱਕ ਜਗ੍ਹਾ ਤੇ ਕਿਹਾ ਸੀਗਾ ਜਿਹੜੀ ਪਹਿਲੀ ਇੰਟਰਵਿਊ ਲਾਰੈਂਸ ਦੀ ਆਈ ਸੀਗੀ ਉਹ ਰਾਤ ਬੜੀ ਔਖੀ ਲੰਘੀ ਤੁਹਾਡੀ, ਉਹ ਰਾਤ ਦੇ ਬਾਰੇ ਜੇ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿ ਕੀ ਚੱਲਦਾ ਪਿਆ ਸੀਗਾ ਦਿਮਾਗ ਦੇ ਵਿੱਚ ਲਾਰੈਂਸ ਨੂੰ ਔਨ ਕੈਮਰਾ ਵੇਖ ਕੇ ਕਿ ਯਾਰ ਇਹ ਕਰਦਾ, ਇਹ ਕਿਵੇਂ ਪੋਸੀਬਲ ਹੈ? ਦੇਖੋ ਜੀ ਥੋੜਾ ਜਿਹਾ ਜਿਹੜਾ ਬੰਦਾ ਇਨਸਾਨੀਅਤ ਤੇ ਸਮਾਜ ਦੇ ਬਾਰੇ ਥੋੜਾ ਬਹੁਤੀ ਵੀ ਸਮਝ ਰੱਖਦਾ, ਉਹ ਜਦੋਂ ਇਸ ਤਰ੍ਹਾਂ ਦੇ ਬੰਦੇ ਯਾਰ ਸਾਡੇ ਸਮਾਜ ਨੂੰ ਚਲਾਉਣਗੇ, ਇਹੋ ਜਿਹੇ ਅਪਰਾਧੀ ਇਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਬੰਦ ਹੋ ਕੇ ਵੀ ਉਹ ਨੈਸ਼ਨਲਿਸਟ ਬਣਨ ਦੀ ਕੋਸ਼ਿਸ਼ ਕਰਨਗੇ, ਰਾਸ਼ਟਰਵਾਦੀ ਬਣਨ ਦੀ ਕੋਸ਼ਿਸ਼ ਕਰਨਗੇ, ਦੁੱਖ ਤਾਂ ਹੁੰਦਾ ਯਾਰ ਇਸ ਗੱਲ ਦਾ, ਤਾਂ ਫਿਰ ਸਾਡੀਆਂ ਸੇਵਾਵਾਂ ਕਿੱਥੇ ਰਹਿ ਗਈਆਂ ਯਾਰ, ਅਸੀਂ ਕੀ ਗਲਤੀ ਕੀਤੀ ਸੀ? ਮੇਰੀ ਦੇਖੋ ਜੀਵਨ, ਮੈਂ ਇੱਕ ਮਜ਼ਦੂਰ ਦੇ ਜੀਵਨ ਤੋਂ ਆਪਣਾ ਲਾਈਫ ਸਟਾਰਟ ਕੀਤੀ ਹੈ, ਮੈਂ ਪਹਿਲਾਂ ਫੌਜ ਦੇ ਵਿੱਚ ਕੰਡਮ ਹੋ ਕੇ ਆਪਦੇ ਘਰ ਆਇਆ, ਅਤੇ ਸਾਡੀ ਦੇਸ਼ ਭਗਤੀ ਕਿੱਥੇ ਵੱਗ ਗਈ ਯਾਰ? ਜੇ ਇਹ ਲੋਕ ਦੇਸ਼ ਭਗਤ ਨੇ ਤਾਂ ਮੈਂ ਤਾਂ ਆਪਦਾ ਜਿਹੜਾ ਜ਼ਿੰਦਗੀ ਦਾ ਕੀਮਤੀ ਸਮਾਂ ਲੇਹ ਲਦਾਖ ਦੇ ਮਿਹਨਤ ਸਥਿਤ ਤਾਪਮਾਨ ਦੇ ਉੱਤੇ ਸਚਿਨ ਗਲੇਸ਼ੀਅਰ 'ਚ ਬੈਠਾ ਰਿਹਾ ਤਾਂ ਕੀ ਕਾਹਦੇ ਲਈ ਗਏ ਉੱਥੇ? ਪਛਤਾਵਾ ਹੁੰਦਾ ਕਦੇ ਕਦੇ ਆਪਣੇ ਆਪ 'ਤੇ ਵੀ ਮਨਾ ਕਿਸੇ ਹੋਰ ਰਸਤੇ ਪਿਆ ਹੁੰਦਾ ਚੰਗਾ ਸੀ। ਕਈ ਵਾਰੀ ਜਦੋਂ ਅਸੀਂ ਇਹਨਾਂ ਕਠਿਨਾਈਆਂ ਦੇ ਨਾਲ ਦੋ ਦੋ ਹੱਥ ਕਰਦੇ ਹਾਂ ਤਾਂ ਬੰਦਾ ਆਟੋਮੈਟਿਕਲੀ ਥੋੜ੍ਹਾ ਪੱਥਰ ਬਣਨਾ ਸ਼ੁਰੂ ਹੋ ਜਾਂਦਾ ਕਿਤੇ ਕੋਈ, ਮਤਲਬ ਜਦੋਂ ਅਸੀਂ ਇਹੋ ਜਿਹੀਆਂ ਕਠਿਨਾਈਆਂ ਦੇ ਨਾਲ ਇਹੋ ਜਿਹੇ ਸੰਘਰਸ਼ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ ਬੰਦਾ ਕਈ ਵਾਰੀ ਪੱਥਰ ਹੋਣਾ ਸ਼ੁਰੂ ਹੋ ਜਾਂਦਾ। ਕਿ ਬਲਕੌਰ ਸਿੰਘ ਜੀ ਪੱਥਰ ਤਾਂ ਨਹੀਂ ਬਣਨਾ ਸ਼ੁਰੂ ਹੋ ਚੁੱਕੇ ਹੋਏ ਆ? ਨਹੀਂ, ਗੁੱਸਾ ਕਈ ਵਾਰੀ ਆਉਂਦਾ ਹੈ ਨਾ, ਹੁਣ ਵਕਤ 57 ਈਅਰ ਦੇ ਨੇੜੇ ਉਮਰ ਹੋ ਗਈ ਹੈ ਨਾ, ਹੁਣ ਸਮਾਂ ਨਹੀਂ ਹੈ, ਹੁਣ ਤਾਂ ਉਹਦੀ ਅਦਾਲਤ ਦੇ ਉੱਤੇ ਭਰੋਸਾ ਹੈ। ਪਰ ਮੇਰਾ ਇਸ ਗੱਲ 'ਤੇ ਮੈਨੂੰ ਮਾਣ ਵੀ ਹੈ, ਮੇਰਾ ਪੁੱਤਰ ਇੱਕ ਸਾਧ ਸੀਗਾ, ਉਹ ਮਨਸ਼ਾ ਦਾ ਬੇਈਮਾਨ ਨਹੀਂ ਸੀ। ਇਹਨਾਂ ਦੇ ਕੀੜੇ ਪੈਣਗੇ, ਤੁਸੀਂ ਇਹਨਾਂ ਦੀ ਮੌਤ, ਇਹਨਾਂ ਦਾ ਹਸ਼ਰ ਹੁੰਦੇ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ। ਦੁਨਿਆਵੀ ਅਦਾਲਤਾਂ ਤਾਂ ਜੋ ਕਰਨਗੀਆਂ ਕਰਨਗੀਆਂ, ਪਰ ਜਿਹੜੀ ਉਹ ਮਾਲਕ ਸੱਚੇ ਮਾਲਕ ਦੀ ਪਰਮਾਤਮਾ ਦੀ ਅਦਾਲਤ ਹੈ ਅਕਾਲ ਪੁਰਖ ਦੀ, ਕਰੋੜਾਂ ਲੋਕਾਂ ਦੀਆਂ ਦੁਆਵਾਂ ਨੇ ਉਹਦੇ ਨਾਲ, ਉਹ ਵਿਅਰਥ ਨਹੀਂ ਜਾਂਦੀਆਂ ਕਦੇ ਨਾ ਕਦੇ। ਤੁਸੀਂ ਇਹਨਾਂ ਦਾ ਹਸ਼ਰ ਹੁੰਦਾ ਦੇਖੋਗੇ ਕੀ ਹੈ। ਠੀਕ ਹੈ, ਵਕਤੀ ਤੌਰ 'ਤੇ ਸਰਕਾਰਾਂ ਨੂੰ ਵਰਤ ਲੈਣ, ਇਲੈਕਸ਼ਨ ਦੀ ਤਿਆਰੀ ਕਰਦੀਆਂ ਹੋਣ, ਉਹ ਗੱਲਾਂ ਵੱਖਰੀਆਂ ਨੇ। ਸਿੱਧੂ ਦੇ ਪੈਰਲਰ ਖੜ੍ਹਾ ਕਰਕੇ ਕੁਛ ਉਹਦਾ, ਕਿਉਂਕਿ ਜੇ ਤਾਂ ਸਿੱਧੂ ਜਾ ਕੇ ਇਹਨਾਂ ਨੂੰ ਜੁਆਇਨ ਕਰ ਲੈਂਦਾ ਤਾਂ ਇਹਨਾਂ ਨੇ ਨਹੀਂ ਕਰਨਾ ਸੀ। ਸਿੱਧੂ ਵਿਰੋਧੀ ਖੇਮੇ 'ਚ ਖੜ੍ਹਾ ਹੋ ਗਿਆ ਤਾਂ ਇਹਨੂੰ ਬੁਰਾ ਲੱਗਿਆ ਹੈ ਨਾ। ਚਲੋ ਜਿੱਦਾਂ ਦਾ ਕੋਈ ਹਾਲਾਤ ਹੋਊ ਵੇਖਾਂਗੇ। ਬਲਕੌਰ ਸਿੰਘ ਜੀ ਸਾਡੇ ਨਾਲ ਵਕਤ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸਮਾਂ ਦਿੱਤਾ ਔਰ ਮੇਰਾ ਸੁਨੇਹਾ ਤੁਹਾਡੇ ਜ਼ਰੀਏ ਲੋਕਾਂ ਤੱਕ ਪਹੁੰਚਿਆ, ਤੁਹਾਡਾ ਬਹੁਤ ਬਹੁਤ। ਬਹੁਤ ਸਾਰੇ ਲੋਕ, ਸਰ ਇੱਕ ਅਖੀਰਲਾ ਸਵਾਲ, ਬਹੁਤ ਸਾਰੇ ਲੋਕ ਇਹ ਪੁੱਛਦੇ ਹੈਗੇ ਆ ਕਿ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਸਾਹਿਬ ਦਾ ਗੀਤ ਕਦੋਂ ਆਏਗਾ? ਕੋਈ ਗੀਤ ਆ ਰਿਹਾ, ਕੁਝ ਜਲਦੀ ਕੋਈ ਤੁਸੀਂ ਰਿਲੀਜ਼ ਕਰ ਰਹੇ ਹੋ? ਅਸੀਂ ਗੀਤ ਆ ਅਪ੍ਰੈਲ ਦੇ ਸ਼ਾਇਦ ਫਸਟ ਵੀਕ ਹੀ ਛੱਡਦੀ, ਉਹਦਾ ਇੱਕ ਗਾਣਾ ਤਿਆਰ ਹੈ, ਉਹਦੀ ਵੀਡੀਓ ਵੀ ਤਿਆਰ ਕਰ ਲਈ ਹੈ, ਸ਼ਾਇਦ ਪਹਿਲਾਂ ਆਡੀਓ ਛੱਡਦੀ ਹੈ, ਮੇਰੀ ਟੀਮ ਨਾਲ ਗੱਲ ਚੱਲੀ ਜਾਂਦੀ ਹੈ। ਇੱਕ ਗਾਣਾ ਉਹਦਾ ਰਿਕਾਰਡਡ ਹੋਇਆ ਪਿਆ ਸੀ ਆਲਰੇਡੀ ਪਹਿਲਾਂ ਹੀ, ਅਤੇ ਉਹਨੂੰ ਹੁਣ ਰਿਲੀਜ਼ ਕਰਾਂਗੇ। ਪਰ ਬਰਸੀ ਕਰਕੇ ਅਸੀਂ ਕੋਈ ਵੀ ਬਿਜ਼ਨਸ ਪੁਆਇੰਟ ਤੋਂ ਗੱਲ ਕੀਤੀ ਨਹੀਂ ਸੀ ਪਹਿਲਾਂ ਵੀ, ਪਹਿਲਾਂ ਤਾਂ ਹਾਲੇ ਆਪਾਂ 70 ਦੇ ਉੱਤੇ 100 ਹੀ ਚੱਲ ਰਿਹਾ ਸੀ ਉਹਦਾ, ਅਤੇ ਹੁਣ ਪੂਰੀਆਂ ਬਾਕੀ ਐਕਟੀਵਿਟੀਆਂ ਨੇ, ਹੋਲੋਗ੍ਰਾਮ ਹੈ, ਸ਼ੋਅ ਵਗੈਰਾ ਵੀ ਕਰਾਂਗੇ। ਇੱਕ ਚੀਜ਼ ਹੋਰ ਜਾਣਨਾ ਚਾਹੁੰਦਾ ਤੁਹਾਡੇ ਕੋਲ, ਇੱਕ ਚੀਜ਼ ਹੋਰ ਜਾਣਨਾ ਚਾਹੁੰਦਾ ਵਾਂ, ਤੁਹਾਡੀ ਅਤੇ ਮਾਤਾ ਜੀ ਚਰਨ ਕੌਰ ਦੀ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਆਪਸ ਦੇ ਵਿੱਚ ਕੀ ਗੱਲਬਾਤ ਹੁੰਦੀ, ਇੱਕ ਦੂਜੇ ਨੂੰ ਕਿਵੇਂ ਤੁਸੀਂ ਸਹਾਰਾ ਦਿੰਦੇ ਹੋ, ਕਿਵੇਂ ਮੋਢੇ ਨਾਲ ਮੋਢਾ ਜੋੜਦੇ ਹੋ, ਸਮਝਾਉਂਦੇ ਕਿਸ ਤਰੀਕੇ ਦੇ ਨਾਲ? ਦੇਖੋ ਜੀ
एक दूसरे को हौसला देने वाली गल है। देखो उन्होंने भी पता है भी मैं उन्होंने भी नहीं समझा सकता, उन्होंने भी पता साड़ी मानसिकता की है। ठीक है वो समझदार ने, उन्होंने भी पता है भी जो मन दुखी होंगे असं एक दूसरे। सवाल सवाल थोड़े को इस करके किया है क्योंकि जो मैं इंटरव्यू की सिद्धू भाई होर उन्होंने मैं कहा कि मेरे माता जी बहुत दलेर ने, वो बहुत सामभ लेंदे आ, मैनू भी सामभ लेंदे आ, साडे सिक्योरिटी दे विच जिहड़े हैगे आ, वो भी मुंडे कई बार जो हौसला हारदे उन्हां नूं भी जाके कहिंदे ओए घबराओ ना। पर इहदा इह रब दे विच विश्वास बहुत ज़्यादा करदी है। मैनू कह दिंदी कई वारी जदों मैं चिंता करदा ना कई वारी भी ऐ ना हो जाए ना, मैनू डर लगदा सी कई वारी जदों हालात इहो जिहे बणदे सी बाहर अंदर जांदे सी वी कदे कल्ला जवाक यार जे कोई हीम कीम हो गई की करांगे है ना। तां इह कहिंदी परमात्मा हैगा तुसीं वहम ना करिया करो, परंतु मैनू कित्त लग्गिया परमात्मा ने ये पाठ बहुत करती है, सारा दिन पाठ करती है, सारा दिन मतलब जो भी समा लगता है पाठ करती है। मैं कह दिया जिन्ना परमात्मा से विश्वास है शायद वाहेगुरु ने यदि अरदास भी नहीं सुनी। बहुत बहुत शुक्रिया सर, धन्यवाद। थैंक यू।